ਕੌਂਸਲਟ ਜਰਨਲ ਆਫ ਇੰਡੀਆ ਸੈਨ ਫਰਾਂਸਿਸਕੋ ਵੱਲੋਂ ਡਾਕਟਰ ਸ੍ਰੀਕਰ ਰੈਡੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਹੁਣ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਤੇ ਪਰੇਸ਼ਾਨੀਆਂ ਦਾ ਹੱਲ ਹੋਵੇਗਾ ਕਿਉਂਕਿ ਭਾਰਤ ਦੇ ਕੌਂਸਲਟ ਜਰਨਲ ਨੇ ਕੋਸ਼ਨਾ ਕਰ ਦਿੱਤੀ ਹੈ ਕਿ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਲੋਕਾਂ ਦੀ ਭਾਰਤ ਦੀ ਯਾਤਰਾ ਵਿੱਚ ਮਦਦ ਅਤੇ ਸਹੂਲਤ ਲਈ ਸਾਰੀਆਂ ਛੁੱਟੀਆਂ ਸਮੇਤ ਸਾਲ ਭਰ ਕੌਂਸਲਟ ਖੁੱਲ੍ਹਾ ਰਹੇਗਾ ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਭਾਰਤੀ ਵਣਜ ਤੂਤਕਰ ਨੇ ਐਮਰਜੈਂਸੀ ਲੋਕਾਂ ਲਈ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿਣ ਦਾ ਐਲਾਨ ਕਰ ਦਿੱਤਾ ਹੈ ਤੇ ਇੱਕ ਹੈਲਪਲਾਈਨ ਨੰ ਆਮ ਲੋਕਾਂ ਦੀਆਂ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ ਕੌਂਸਲਟ ਸਾਰੀਆਂ ਛੁੱਟੀਆਂ ਸ਼ਨੀਵਾਰ ਐਤਵਾਰ ਤੇ ਹੋਰ ਜਨਤਕ ਛੁੱਟੀਆਂ ਸਮੇਤ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹੇਗਾ ਜਿਸ ਦੇ ਸੰਦਰਭ ਵਿੱਚ ਸਲਾਹ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਐਮਰਜੈਂਸੀ ਸੇਵਾ ਲਈ ਕੌਂਸਲਟ ਵਿੱਚ ਆਉਣ ਤੋਂ ਪਹਿਲਾਂ ਬਿਨਕਾਰਾਂ ਨੂੰ ਕੌਂਸਲਟ ਦੀ ਐਮਰਜੈਂਸੀ ਹੈਲਪਲਾਈਨ ਨੰਬਰ +1415 4836629 ਤੇ ਕਾਲ ਕਰਨੀ ਚਾਹੀਦੀ ਹੈ ਤਾਂ ਜੋ ਇਹਨਾਂ ਸੇਵਾਵਾਂ ਲਈ ਸਹਾਇਕ ਦਸਤਾਵੇਜ਼ਾਂ ਦੀ ਪ੍ਰਤੀ ਲੋੜੀਂਦੀ ਪਤਾ ਲਗਾ ਸਕੇ ਤੇ ਇਹ ਸੁਨਿਸ਼ਚਿਤ ਕੀਤਾ ਜਾਵੇ ਕਿ ਉਹ ਐਮਰਜੈਂਸੀ ਸੇਵਾਵਾਂ ਦੀ ਸ਼੍ਰੇਣੀ ਵਿੱਚ ਆਉਂਦੇ ਨੇ ਜਿਨ੍ਹਾਂ ਨੂੰ ਕੌਂਸਲੇਟ ਦੇ ਅਗਲੇ ਕੰਮਕਾਜ ਦੇ ਦਿਨਾਂ ਤੱਕ ਮਲਤਵੀ ਨਹੀਂ ਕੀਤਾ ਜਾ ਸਕਦਾ ਸੋ ਇੱਥੇ ਦੱਸਣਯੋਗ ਹੈ ਕਿ ਇਹ ਸਹੂਲਤ ਸਿਰਫ ਐਮਰਜੈਂਸੀ ਵੀਜ਼ਾ ਐਮਰਜੈਂਸੀ ਸਰਟੀਫਿਕੇਟ ਉਸ ਦਿਨ ਭਾਰਤ ਦੀ ਯਾਤਰਾ ਲਈ ਅਤੇ ਉਸੇ ਦਿਨ ਭੇਜੇ ਜਾਣ ਵਾਲੇ ਮ੍ਰਿਤਕ ਦੇਹਾਂ ਦੀ ਆਵਾਜਾਈ ਵਰਗੀਆਂ ਯਾਤਰਾ ਦਸਤਾਵੇਜ਼ਾਂ ਦੀਆਂ ਐਮਰਜੈਂਸੀ ਜ਼ਰੂਰਤਾਂ ਲਈ ਹੈ ਬਿਨੇਕਾਰ ਤੋਂ ਐਮਰਜੈਂਸੀ ਵੀਜ਼ਾ ਲਈ ਐਮਰਜੈਂਸੀ ਸੇਵਾ ਫੀਸ ਵੀ ਲਈ ਜਾਵੇਗੀ।